मैम ਤੁਸੀਂ ਫਿਰ ਵਰਤ ਰੱਖ ਰਹੇ ਹੋ ਕਰਵਾ ਚੌਥ ਦਾ? ਹਾਂਜੀ ਬਿਲਕੁਲ ਰੱਖ ਰਹੇ ਹਾਂ। ਹਸਬੰਡ ਰੱਖ ਰਹੇ ਨੇ ਤੁਹਾਡੇ? ਨਹੀਂ ਉਹ ਨਹੀਂ ਰੱਖਦੇ ਹੈਗੇ। ਨਹੀਂ ਤੁਸੀਂ ਕਿਹਾ ਪਰ ਉਹਨਾਂ ਨੂੰ? ਨਹੀਂ ਨਹੀਂ ਕਿਹਾ। ਅੱਛਾ ਗਿਫਟ ਕੀ ਮੰਗਿਆ ਤੁਸੀਂ? ਮੰਗਿਆ ਕੁਝ ਨਹੀਂ, ਇੱਥੇ ਆਏ ਨਹੀਂ, ਮੇਰੇ ਹਸਬੰਡ ਬਾਹਰ ਹੈ ਫੋਰਨ। ਕੁਝ ਗਿਫਟ ਵਗੈਰਾ ਤਾਂ ਮੰਗਿਆ ਕਿ ਨਹੀਂ? ਨਹੀਂ ਉਹ ਆਪਣੇ ਆਪ ਹੀ ਦੇ ਦਿੰਦੇ ਨੇ। ਆਪਣੇ ਆਪ ਹੀ ਦੇ ਦਿੰਦੇ ਆ। ਹਾਂਜੀ ਠੀਕ ਹੈ, ਤਾਂ ਅੱਗੇ ਜਾ ਕੇ ਵੀ ਗੱਲਬਾਤ ਕਰਦੇ ਆ। ਕਿਵੇਂ ਹੋ ਤੁਸੀਂ? ਵਧੀਆ ਵਧੀਆ। ਹਾਂਜੀ ਤੇ ਮਹਿੰਦੀ ਲਵਾਣ ਆਏ ਹੋ? ਹਾਂਜੀ ਹਾਂਜੀ ਹਾਂਜੀ। ਤੇ ਹਸਬੰਡ ਤੋਂ ਕੀ ਗਿਫਟ ਚਾਹੀਦਾ ਤੁਹਾਨੂੰ? नहीं जो मर्जी दे दें। जो मर्जी दे दें। हाँ जी। उन्होंने वार्ता रखी है? नहीं बोला भी नहीं। नहीं क्यों मान दो ऐसे ही वैसे हम तुसी भी रखते आ रहे हो? नहीं नहीं जी। गिफ्ट फिर भी मिलता कि नहीं मिलता? मिलता। हां तुसी किवें हो? ता देना पंदा जी। मिलता कित्ते गिफ्ट? ਤੁਹਾਨੂੰ ਲੱਗਦਾ ਕਿ ਲੇਡੀਜ਼ ਨੂੰ ਗਿਫਟ ਮਿਲਦੇ ਨੇ? ਮੰਗਣੇ ਚਾਹੀਦੇ ਆ ਫੇ ਕਰਵਾ ਵਰਤ ਰੱਖ ਕੇ ਖਾਣਾ ਨਹੀਂ ਖਾਣਾ। ਉਹਨਾਂ ਨੇ ਕਹਿਣਾ ਮੈਂ ਤੈਨੂੰ ਮਿਲ ਗਿਆ ਤਾਂ ਘੱਟ ਹੈਗਾ। ਅੱਛਾ ਇਹ ਆ ਹੈ ਸਭ ਤੋਂ ਬੈਸਟ ਗਿਫਟ ਤਾਂ ਮਿਲ ਹੀ ਗਿਆ ਸਾਨੂੰ ਸਾਡੀ ਮਦਰ ਇਨ ਲਾਅ ਕੋਲੋਂ। ਇਸ ਤੋਂ ਅੱਛਾ ਗਿਫਟ ਕੀ ਹੋ ਸਕਦਾ ਐਕਚੁਅਲੀ ਚ। ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਵਰਤ ਰੱਖੋ? ਹੈ ਨਹੀਂ ਬਿਲਕੁਲ ਹੋਤਾ ਹੈ ਜੀ ਹੋਤਾ ਹੈ। ਅੱਜ 33 ਇਅਰ ਸੇ ਇਨਕਾ ਵੀ ਸਾਥ ਮੇ ਹੀ ਵਰਤ ਹੋਤਾ ਹੈ। ਅੱਛਾ ਹਾਂਜੀ ਨਾ ਮੈਨੂੰ ਲੱਗਦਾ ਪਹਿਲੇ ਤੁਸੀਂ ਮਿਲੋ ਜਿਨ੍ਹਾਂ ਨੇ ਕਿਹਾ ਕਿ ਮੇਰੇ ਹਸਬੰਡ ਵੀ। ਬਿਲਕੁਲ ਬਿਲਕੁਲ ਜੀ ਮੇਰੇ ਹਸਬੰਡ ਵੀ ਸਾਥ ਹੀ ਰੱਖਦੇ ਹੈ 33 ਸਾਲ ਸੇ ਉਨਕਾ ਵੀ ਵਰਤ ਹੀ ਚੱਲ ਰਿਹਾ ਹੈ। ਤੇ ਮਤਲਬ ਇਹ ਗਿਫਟ ਸਿਰਫ ਤੁਹਾਨੂੰ ਹੀ ਮਿਲਿਆ ਵੈਸੇ ਗੱਲ ਕੀਤੀ ਜਾ ਸਕਦਾ ਹੈ ਹਨਾ? ਮੇ ਵੀ ਇਹ ਹੀ ਕਹਿ ਸਕਤੇ ਆਪ ਇਹ ਬੈਸਟ ਗਿਫਟ ਮਿਲ ਗਿਆ ਹਮੇ। ਜੀ 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 ਅੱਗੇ ਵੀ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ। ਬਹੁਤ ਸਾਰੇ ਜਿਹੜੇ ਕਿ ਮੌਜੂਦ ਨੇ। ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਤੁਸੀਂ? ਵਧੀਆ ਜੀ। ਵਰਤ ਫਿਰ ਰੱਖਣਾ ਹੈ? ਰੱਖਦੇ ਆ ਰਹੇ ਹੈ। ਰੱਖਦੇ ਆ ਰਹੇ ਹੋ? ਹਸਬੰਡ ਰੱਖ ਰਹੇ ਨੇ ਤੁਹਾਡੇ ਕਿ ਨਹੀਂ? ਨਹੀਂ ਨਹੀਂ ਰੱਖ ਰਹੇ। ਅੱਛਾ ਗਿਫਟ ਕੀ ਪੁੱਛਿਆ? ਮੰਗਿਆ ਕੁਛ? ਨਹੀਂ ਕੋਈ ਮੰਗਿਆ ਨਹੀਂ। ਨਹੀਂ ਮੰਮਾ ਦੇ ਦਿੰਦੇ ਸਾਨੂੰ। ਅੱਛਾ ਲੋੜ ਨਹੀਂ ਹੈ। ਅੱਛਾ ਉਹਨਾਂ ਨੇ ਆਪ ਵੀ ਪੁੱਛਿਆ ਵਰਤ ਰੱਖ ਰਹੀ ਆ ਮੇਰੀ ਵਾਈਫ ਕੀ ਚਾਹੀਦਾ ਗਿਫਟ? ਨਹੀਂ ਨਹੀਂ ਪੁੱਛਿਆ। ਆਪੇ ਮਿਲ ਜਾਂਦਾ ਹੈ, ਆਪੇ ਮਿਲ ਜਾਂਦਾ ਹੈ। ਅੱਛਾ ਜਾ ਕੇ ਬੋਲਣ ਦੀ ਮੰਗਣ ਦੀ ਲੋੜ ਹੀ ਨਹੀਂ। ਮੈਮ ਤੁਸੀਂ ਕੀ ਮੰਗਣਾ? ਕੁਛ ਨਹੀਂ ਨਹੀਂ ਜੀ ਨਹੀਂ ਜੀ। ਅੱਛਾ ਤੁਸੀਂ ਵਰਤ ਰੱਖ ਰਹੇ ਹੋ ਫਿਰ? ਹਸਬੰਡ ਰੱਖ ਰਹੇ? ਨਹੀਂ 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 ਬੋਲਿਆ ਤੁਸੀਂ ਕਦੇ ਰੱਖ? ਨਹੀਂ ਨਹੀਂ ਜੀ। ਕਿੰਨੇ ਸਾਲ ਹੋ ਗਏ ਮੈਮ ਵੈਸੇ ਤੁਹਾਨੂੰ ਵਰਤ ਰੱਖਦੇ ਹੋ? ਬਹੁਤ ਟਾਈਮ ਹੋ ਗਿਆ। ਨਹੀਂ ਵਿਆਹ ਤੋਂ ਬਾਅਦ ਹੀ ਰੱਖਣਾ ਸ਼ੁਰੂ ਕੀਤਾ। ਅੱਛਾ ਗਿਫਟ ਨਹੀਂ ਮਿਲਿਆ? ਹਾਂ ਮੈਮ ਨੂੰ ਯਾਦ ਹੈ ਨਾ ਸਾਰਾ ਸਾਲ ਹੋ ਗਿਆ। ਇਹ ਮੇਰੀ ਦਰਾਨੀ ਹੈ। ਅੱਛਾ ਤੇਰੇ ਕੋਲ ਲੱਗ ਗਈ? ਠੀਕ ਹੈ ਆਏ ਨਾ ਹੋਵੇ ਗਿਫਟ ਉਹਨਾਂ ਨੂੰ ਵਧੀਆ ਮਿਲ ਜੇ ਇਹੋ ਜਿਹਾ। ਨਹੀਂ 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 ਇਕੱਠੇ ਹੀ ਹੈ, ਜੁਆਇੰਟ ਫੈਮਿਲੀ ਹੈ, ਸਾਰਾ ਕੁਝ ਵਧੀਆ। ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ? ਬਹੁਤ ਵਧੀਆ। ਤੁਸੀਂ ਮੈਮ ਫਿਰ ਵਰਤ ਰੱਖ ਰਹੇ ਹੋ? ਤੁਹਾਡੇ ਹਸਬੰਡ ਰੱਖ ਰਹੇ ਨੇ? ਨਹੀਂ ਨਹੀਂ ਰੱਖ ਰਹੇ। ਗਿਫਟ ਵਗੈਰਾ ਮੰਗਿਆ ਕੁਝ ਵੀ ਨਹੀਂ? ਉਹ ਵੈਸੇ ਹੀ ਮਿਲ ਜਾਂਦਾ ਹੈ। ਵੈਸੇ ਮਿਲ ਜਾਂਦਾ ਹੈ। ਅੱਛਾ ਤੁਸੀਂ ਫਿਰ ਆਪਣੇ ਹਸਬੰਡ ਨੂੰ ਕਿਹਾ ਕਿ ਵਰਤ ਰੱਖੋ ਤੁਸੀਂ ਵੀ? ਨਹੀਂ ਉਹਨੇ ਵੀ। ਅੱਛਾ ਕਦੇ ਨਹੀਂ। ਤੇ ਵੈਸੇ ਪਰ ਆਏ ਆ ਕਿ ਕਰਵਾ ਚੌਥ ਵੇਲੇ ਮੌਕੇ ਕੁਝ ਸਜਣ ਨੂੰ ਜਿਹੜਾ ਕਿ ਟਾਈਮ ਵੈਲ ਮਿਲ ਜਾਂਦਾ ਕਿ ਨਹੀਂ? ਹੈ ਨਾ। ਅੱਗੇ ਵੀ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਤੁਸੀਂ? ਚਲੋ ਦੂਜੇ ਤੁਸੀਂ ਮਿਲੋ ਵੈਸੇ ਹੁਣ ਤੱਕ ਜਿਨ੍ਹਾਂ ਦੇ ਹਸਬੰਡ ਵਰਤ ਰੱਖ ਰਹੇ ਨੇ। ਹਾਂਜੀ ਤੁਸੀਂ ਆਪ ਕਿਹਾ ਕਿ ਉਹਨਾਂ ਨੇ ਖੁਦ ਹੀ ਰੱਖਿਆ? ਨਹੀਂ ਨਹੀਂ ਉਹ ਖੁਦ ਰੱਖਦੇ ਹੈ। ਖੁਦ ਰੱਖਦੇ ਆ ਜਦੋਂ ਤੁਸੀਂ ਰੱਖ ਰਹੇ ਹੋ ਉਦੋਂ ਤੋਂ? ਨਹੀਂ ਉਸਕੇ ਇੱਕ ਦੋ ਸਾਲ ਬਾਅਦ ਸੇ ਉਹ ਰੱਖ ਰਹੇ ਹੈ। ਹਸਬੰਡ ਆਏ ਨੇ ਤੁਹਾਡੇ ਨਾਲ? ਆ ਰਹੇ ਨੇ। ਆ ਰਹੇ ਨੇ ਲੈਣ ਆ ਰਹੇ ਨੇ? ਹਾਂਜੀ। ਰੌਣਕਾਂ ਦਿਖਾਈਆਂ ਤੁਹਾਨੂੰ ਦੱਸਦੇ ਲੁਧਿਆਣਾ ਹੈ ਗੁਲਾਟੀ ਚੌਂਕ ਦੀਆਂ ਰੌਣਕਾਂ ਜਿੱਥੇ ਕਰਵਾ ਚੌਥ ਲਈ ਜਿਹੜੇ ਕਿ ਸਾਰੀ ਜਿਹੜੀ ਇੱਦਾਂ ਤੁਸੀਂ ਦੇਖ ਸਕਦੇ ਹੋ ਲੇਡੀਜ਼ ਬੈਠੀਆਂ ਹੋਈਆਂ ਤਿਆਰੀਆਂ ਹੋ ਰਹੀਆਂ ਕੱਲ੍ਹ ਦੀਆਂ ਕਿਉਂਕਿ ਕੱਲ੍ਹ ਜਿਹੜਾ ਕਿ ਕਰਵਾ ਚੌਥ ਹੈ ਜਿੱਥੇ ਕਿ ਵਰਤ ਰੱਖਣ ਗਿਆ ਤਾਂ ਉੱਥੇ ਹੀ ਜਿਹੜੇ ਕਿ ਕਾਫੀ ਲੋਕ ਮੌਜੂਦ ਨੇ ਹਸਬੈਂਡਸ ਵੀ ਨਾਲ ਆਏ ਨੇ ਅਤੇ ਲੈਣ ਵੀ ਪਹੁੰਚ ਰਹੇ ਨੇ ਅਤੇ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਔਰਤਾਂ ਹੀ ਵਰਤ ਰੱਖਦੀਆਂ ਪਰ ਗੱਲਬਾਤ ਕੀਤੀ ਹੈ ਕੁਝ ਦੇ ਜਿਹੜੇ ਹਸਬੈਂਡ ਵੀ ਜਿਹੜੇ ਕਿ ਵਰਤ ਰੱਖ ਰਹੇ ਨੇ। ਹੋਰ ਵਧੀਆ ਅਪਡੇਟ ਸੀ ਤੁਸੀਂ ਦੇਖਦੇ ਹੋ ਜਾਣਦੇ ਕੈਮਰਾਮੈਨ ਬਲਵਿੰਦਰ ਨਾਲ ਮੈਂ ਹਰਸ਼ ਕੌਰ।